ਸਾਰਿਆਂ ਦਾ ਐਂਬੀਸ਼ਨ ਇੰਸਟੀਟਿਊਟ ਆਫ ਫੋਰਨ ਲੈਂਗੁਏਜ ਤੇ YouTube ਪੇਜ ਤੇ ਬਹੁਤ-ਬਹੁਤ ਸਵਾਗਤ ਹੈ। ਸਾਡੀ ਅੱਜ ਦੀ ਵੀਡੀਓ ਲਰਨ ਜਰਮਨ ਥਰੂ ਪੰਜਾਬੀ ਸੀਰੀਜ਼ ਦੀ 6ਵੀਂ ਵੀਡੀਓ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਮੋਡਲ ਵਰਬਸ ਸਿੱਖਾਂਗੇ, ਦੈਟ ਮੀਨਸ ਮੋਡਲ ਵਰਬਸ ਜਾਂ ਹੈਲਪਿੰਗ ਵਰਬਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇੰਗਲਿਸ਼ ਵਿੱਚ। ਅੱਜ ਆਪਾਂ ਉਹ ਸਿੱਖਾਂਗੇ। ਬਿਨਾਂ ਟਾਈਮ ਵੇਸਟ ਕੀਤੇ ਆਪਾਂ ਸ਼ੁਰੂ ਕਰਦੇ ਹਾਂ ਮੋਡਲ ਵਰਬਸ, ਮੋਡਲ ਵਰਬਸ। ਸਾਡੀ ਪਹਿਲੀ ਵਰਬ ਹੈ ਵੋਲਨ। ਵੋਲਨ ਦਾ ਮਤਲਬ ਹੁੰਦਾ ਹੈ ਚਾਹਣਾ। ਮੈਂ ਚਾਹੁੰਦਾ ਹਾਂ ਇਸ਼ ਵਿਲ, ਤੂੰ ਚਾਹੁੰਦਾ ਹੈ ਤੂੰ ਵਿਲਸ, ਉਹ ਚਾਹੁੰਦਾ ਹੈ ਏਆ ਵਿਲ, ਉਹ ਚਾਹੁੰਦੀ ਹੈ ਜ਼ੀ ਵਿਲ, ਅਸੀਂ ਚਾਹੁੰਦੇ ਹਾਂ ਵਿਆ ਵੋਲਨ, ਉਹ ਚਾਹੁੰਦੇ ਹਨ ਜ਼ੀ ਵੋਲਨ। ਜਦੋਂ ਤੁਸੀਂ ਕਿਸੇ ਨਾਲ ਰਿਸਪੈਕਟ 'ਚ ਗੱਲ ਕਰਨੀ ਹੈ ਜਿਵੇਂ ਤੁਸੀਂ ਚਾਹੁੰਦੇ ਹੋ, ਤਦ ਵੀ ਤੁਸੀਂ ਕਹੋਗੇ ਜ਼ੀ ਵੋਲਨ। ਜੇ ਤੁਸੀਂ ਇੱਕ ਟਾਈਮ 'ਤੇ ਜ਼ਿਆਦਾ ਲੋਕਾਂ ਨਾਲ ਗੱਲ ਕਰਨੀ ਹੈ, ਦੋ ਜਾਂ ਦੋ ਤੋਂ ਜ਼ਿਆਦਾ ਲੋਕਾਂ ਨਾਲ ਗੱਲ ਕਰਨੀ ਹੈ, ਉਦੋਂ ਤੁਸੀਂ ਕਹੋਗੇ ਈਅ ਵੋਲਟ। ਯਾਦ ਰੱਖਣਾ ਜ਼ੀ ਵੋਲਨ ਜਦੋਂ ਇੱਕ ਬੰਦੇ ਨਾਲ ਗੱਲ ਕਰ ਰਿਹਾ ਪਰ ਰਿਸਪੈਕਟ ਨਾਲ ਗੱਲ ਕਰ ਰਿਹਾ, ਫੋਰਮੈਲਿਟੀ 'ਚ ਗੱਲ ਕਰ ਰਿਹਾ, ਫਿਰ ਆਪਾਂ ਕਹਾਂਗੇ ਜ਼ੀ ਵੋਲਨ। ਅਤੇ ਜਦੋਂ ਆਪਾਂ ਦੋ ਜਾਂ ਦੋ ਤੋਂ ਜ਼ਿਆਦਾ ਲੋਕਾਂ ਨਾਲ ਗੱਲ ਕਰ ਰਹੇ ਹਾਂ ਫਿਰ ਆਪਾਂ ਕਹਾਂਗੇ ਈਅ ਵੋਲਟ। ਇੱਕ ਵਾਰੀ ਮੈਂ ਸਿਰਫ ਜਰਮਨ ਪਾਰਟ ਰਿਵਾਈਜ਼ ਕਰ ਰਹੀ ਹਾਂ। ਇਸ਼ ਵਿਲ, ਦੂ ਵਿਲਸ, ਏਅ ਵਿਲ, ਜ਼ੀ ਵਿਲ, ਵਿਆ ਵੋਲਨ, ਜ਼ੀ ਵੋਲਨ, ਈਅ ਵੋਲਟ। ਇੱਕ ਵਾਰੀ ਫਿਰ ਰਿਪੀਟ ਕਰਦੇ ਹਾਂ, ਮੇਰੇ ਪਿੱਛੇ ਪਿੱਛੇ ਬੋਲੋ। ਇਸ਼ ਵਿਲ, ਦੂ ਵਿਲਸ, ਏਅ ਵਿਲ, ਜ਼ੀ ਵਿਲ, ਵਿਆ ਵੋਲਨ, ਜ਼ੀ ਵੋਲਨ, ਈਅ ਵੋਲਟ। ਸਾਡੀ ਨੈਕਸਟ ਵਰਬ ਹੈ ਖੁਨਨ, ਮਤਲਬ ਕਰ ਸਕਣਾ। ਇਸ਼ਕਾਨ, ਮੈਂ ਕਰ ਸਕਦਾ ਹਾਂ, ਦੂ ਕਾਂਸਤ, ਤੂੰ ਕਰ ਸਕਦਾ ਹੈ, ਏਅ ਕਾਨ, ਉਹ ਕਰ ਸਕਦਾ ਹੈ, ਜ਼ੀ ਕਾਨ, ਉਹ ਕਰ ਸਕਦੀ ਹੈ, ਵਿਅ ਖੁਨਨ, ਅਸੀਂ ਕਰ ਸਕਦੇ ਹਾਂ, ਜ਼ੀ ਖੁਨਨ, ਤੁਸੀਂ ਕਰ ਸਕਦੇ ਹੋ ਜਾਂ ਉਹ ਕਰ ਸਕਦੇ ਹਨ, ਏਅ ਖੁੰਟ, ਤੁਸੀਂ ਕਰ ਸਕਦੇ ਹੋ ਪਰ ਇੱਕ ਟਾਈਮ 'ਤੇ ਜ਼ਿਆਦਾ ਲੋਕਾਂ ਵਾਸਤੇ। ਇੱਕ ਵਾਰੀ ਫਿਰ ਰਿਪੀਟ ਕਰ ਰਿਹਾ, ਕਨਨ, ਕਰ ਸਕਣਾ, ਇਸ਼ਕਾਨ, ਤੂੰ ਕਾਂਸਤ, ਏਅ ਕਾਨ, ਜ਼ੀ ਕਾਨ, ਵਿਅ ਖੁਨਨ, ਜ਼ੀ ਖੁਨਨ, ਏਅ ਖੁੰਟ। ਸਾਡੀ ਅਗਲੀ ਵਰਬ ਹੈ ਜ਼ੋਲਨ। ਜ਼ੋਲਨ ਦਾ ਮਤਲਬ ਹੁੰਦਾ ਹੈ ਕੋਈ ਕੰਮ ਕਰਨਾ ਚਾਹੀਦਾ ਹੈ, ਜਿੱਦਾਂ ਕਿ ਤੁਹਾਨੂੰ ਕਿਤੇ ਜਾਣਾ ਚਾਹੀਦਾ ਹੈ, ਤੁਹਾਨੂੰ ਕੁਝ ਖਾਣਾ ਚਾਹੀਦਾ ਹੈ, ਮਤਲਬ ਕੋਈ ਵੀ ਚੀਜ਼ ਕਰਨੀ ਚਾਹੀਦੀ ਹੈ ਜਿਸਦਾ ਸੰਬੰਧ ਕੋਈ ਕੰਮ ਕਰਨ ਨਾਲ ਹੈ। ਅਗਰ ਤੁਸੀਂ ਸੈਂਟੈਂਸ ਬਣਾਉਣਾ ਹੈ ਕਿ ਤੁਹਾਨੂੰ ਚਾਹ ਚਾਹੀਦੀ ਹੈ, ਤੁਹਾਨੂੰ ਪਾਣੀ ਚਾਹੀਦਾ ਹੈ, ਫਿਰ ਤੁਸੀਂ ਜ਼ੋਲਨ ਨਹੀਂ ਵਰਤੋਂਗੇ। ਉਸਦੇ ਵਾਸਤੇ ਦੂਸਰੀ ਵਰਬ ਹੈ ਜੋ ਕਿ ਅਸੀਂ ਅਗਲੀ ਕਿਸੇ ਵੀਡੀਓ 'ਚ ਗੱਲ ਕਰਾਂਗੇ। ਹਲੇ ਵਾਸਤੇ ਤੁਸੀਂ ਦੇਖਣਾ ਕਿ ਅਗਰ ਤੁਸੀਂ ਸੈਂਟੈਂਸ ਬਣਾਉਣੇ ਆ ਕਿ ਤੁਹਾਨੂੰ ਕੋਈ ਕੰਮ ਕਰਨਾ ਚਾਹੀਦਾ ਹੈ, ਜਿੱਦਾਂ ਤੁਹਾਨੂੰ ਜਾਣਾ ਚਾਹੀਦਾ ਹੈ, ਤੁਹਾਨੂੰ ਪੜ੍ਹਨਾ ਚਾਹੀਦਾ, ਉਹਦੇ ਵਾਸਤੇ ਤੁਸੀਂ ਜ਼ੋਲਨ ਦੀ ਵਰਤੋਂ ਕਰੋਗੇ। ਜ਼ੋਲਨ ਦੀ ਕੰਜੁਕੇਸ਼ਨ ਹੈ ਇਸ਼ ਜ਼ੋਲ, ਮਤਲਬ ਮੈਨੂੰ ਚਾਹੀਦਾ ਹੈ। ਇਸ਼ ਜ਼ੋਲ, ਦੂ ਜ਼ੋਲਸਤ, ਤੈਨੂੰ ਚਾਹੀਦਾ ਹੈ। ਏਅ ਜ਼ੋਲ, ਉਸਨੂੰ ਚਾਹੀਦਾ ਹੈ ਮੁੰਡੇ ਵਾਸਤੇ। ਜ਼ੀ ਜ਼ੋਲ, ਉਸਨੂੰ ਚਾਹੀਦਾ ਹੈ ਕੁੜੀ ਵਾਸਤੇ। ਵਿਅ ਜ਼ੋਲਨ, ਸੀ ਜ਼ੋਲਨ, ਵਿਅ ਜ਼ੋਲਨ, ਸਾਨੂੰ ਚਾਹੀਦਾ ਹੈ। ਜ਼ੀ ਜ਼ੋਲਨ, ਉਹਨਾਂ ਨੂੰ ਚਾਹੀਦਾ ਹੈ ਜਾਂ ਤੁਹਾਨੂੰ ਚਾਹੀਦਾ ਹੈ। ਏਅ ਜ਼ੋਲਟ, ਤੁਹਾਨੂੰ ਚਾਹੀਦਾ ਹੈ। ਅਗੇਨ ਮੈਂ ਤੁਹਾਨੂੰ ਵਾਰ ਵਾਰ ਦੱਸ ਰਹੀ ਹਾਂ ਕਿ ਜ਼ੀ ਜ਼ੋਲਨ ਇੱਕ ਬੰਦੇ ਵਾਸਤੇ ਵਰਤਿਆ ਜਾਏਗਾ ਜਦੋਂ ਅਸੀਂ ਇੱਕ ਬੰਦੇ ਨੂੰ ਕਹਿਣਾ ਕਿ ਤੁਹਾਨੂੰ ਚਾਹੀਦਾ ਹੈ। ਈਅ ਜ਼ੋਲਟ ਉਦੋਂ ਵਰਤਿਆ ਜਾਏਗਾ ਜਦੋਂ ਇੱਕ ਟਾਈਮ 'ਤੇ ਦੋ ਲੋਕਾਂ ਨਾਲ ਗੱਲ ਕਰ ਰਹੇ ਹਾਂ ਜਾਂ ਦੋ ਤੋਂ ਜ਼ਿਆਦਾ ਲੋਕਾਂ ਨਾਲ ਗੱਲ ਕਰ ਰਹੇ ਹਾਂ। ਜ਼ੀ ਜ਼ੋਲਨ ਉਹਨਾਂ ਵਾਸਤੇ ਵੀ ਯੂਜ਼ ਹੁੰਦਾ ਹੈ ਜਦੋਂ ਅਸੀਂ ਤੀਜੇ ਪਰਸਨ ਦੀ ਗੱਲ ਕਰ ਰਹੇ ਹਾਂ, ਉਹਨਾਂ ਨੂੰ ਚਾਹੀਦਾ ਹੈ ਜ਼ੀ ਜ਼ੋਲਨ। ਇੱਕ ਵਾਰੀ ਫਿਰ ਰਿਪੀਟ ਕਰ ਰਹੀ ਹਾਂ, ਪਿੱਛੇ ਪਿੱਛੇ ਬੋਲੋ। ਇਸ਼ ਜ਼ੋਲ, ਦੂ ਜ਼ੋਲਸਤ, ਏਅ ਜ਼ੋਲ, ਜ਼ੀ ਜ਼ੋਲ, ਵਿਅ ਜ਼ੋਲਨ, ਜ਼ੀ ਜ਼ੋਲਨ, ਏਅ ਜ਼ੋਲਟ। ਸਾਡੀ ਅਗਲੀ ਵਰਬ ਹੈ ਟਿਊਫਨ। ਟਿਊਫਨ ਦਾ ਮਤਲਬ ਹੁੰਦਾ ਹੈ ਅਲਾਊਡ ਹੋਣਾ, ਆਗਿਆ ਹੋਣਾ ਜਾਂ ਕਿਸੇ ਚੀਜ਼ ਦੀ ਇਜਾਜ਼ਤ ਹੋਣਾ। ਇਸ਼ ਦਾਫ, ਮੈਨੂੰ ਆਗਿਆ ਹੈ, ਮੈਨੂੰ ਇਜਾਜ਼ਤ ਹੈ। ਇਸ਼ ਦਾਫ, ਦੂ ਦਾਫਸਟ, ਤੈਨੂੰ ਆਗਿਆ ਹੈ। ਏਅ ਦਾਫ, ਉਸਨੂੰ ਆਗਿਆ ਹੈ। ਜ਼ੀ ਦਾਫ, ਉਸਨੂੰ ਆਗਿਆ ਹੈ ਕੁੜੀ ਵਾਸਤੇ। ਵਿਅ ਟਿਊਫਨ, ਸਾਨੂੰ ਆਗਿਆ ਹੈ। ਜ਼ੀ ਡਿਊਫਨ, ਉਹਨਾਂ ਨੂੰ ਆਗਿਆ ਹੈ। ਏਅ ਡਿਊਫਟ, ਤੁਹਾਨੂੰ ਆਗਿਆ ਹੈ।
एक बार फिर रिपीट कर रहे हैं, इश दाफ, डू दाफ्ट, ए दाफ, जी दाफ, व्य ड्यूफन, जी ड्यूफन, ए ड्यूफ्ट। एक बार फिर रिपीट कर रहे हैं, इश दाफ, डू दाफ्ट, ए दाफ, जी दाफ, व्य ड्यूफन, जी ड्यूफन, ए ड्यूफ्ट। साड़ी नेक्स्ट वर्ब है म्यूसन। म्यूसन मीन्स कुछ चीज करनी पवेगी, करना पवेगा। इश मुस, डू मुस्त, एयर मुस्त, जी मुस, व्य म्यूसन, जी म्यूसन, इयर मुस्त। जो कहना मेनू करना पवेगा इश मुस, तेनू करना पवेगा टू मुस्त, उसनू करना पवेगा एयर मुस, उसनू करना पवेगा खुड़ी वास्ते जी मुस, सानू करना पवेगा व्य म्यूसन, तुहानू करना पवेगा या उन्हानू करना पवेगा जी म्यूसन, उसनू करना पवेगा तुहानू करना पवेगा ज़्यादा लोगों वास्ते इयो म्यूस्त। म्यूसन तो बाद आप करांगे म्यूगन। म्यूगन दा मतलब होंदा है कोई चीज़ पसंद होना, टू लाइक, पसंद करना। इश माग, मैनू पसंद है। डू मार्क्स्ट, तेनू पसंद है। एयर मार्ग, उसनू पसंद है। जी मार्ग, उसनू पसंद है कुड़ी वास्ते। व्यम मुगन, सानू पसंद है। जी मुगन, तुहानू पसंद है या उन्हानू पसंद है। एयर मुक्ट, तुहानू पसंद है। एक बार फिर बोल दें, इश मार्ग, डू मार्क्स्ट, एयर मार्ग, जी मार्ग, व्यम मुगन, जी मुगन, एयर मुक्ट। साड़ी अज की लास्ट वर्ब है या मोडाल वर्ब, साड़ी लास्ट वर्ब है मिश्टन। मिश्टन का मतलब हुंदा है चौना। पर जो फर्क वोलन और मिश्टन च है वो ये है कि मिश्टन जड़ा है वो फॉर्मल टोन च यूज़ हुंदा है। जो असी रिस्पैक्ट गल करते हाँ, जो असी तमीज़ च गल करते हाँ, फिर असी मिश्टन ज़्यादा यूज़ करते हैं। सो ये एक फॉर्मैलिटी दिखाता है एंड ज़्यादा यूज़ हुंदा है आम गल करन च। सो शुरू कर दें मिश्टन। जे मैं कहना मैं चाहता हाँ, इश मुश्ट, डू मुश्टेस्ट, तू चाहता है। एयर मुश्ट, ओ चाहता है। जी मुश्ट, ओ चाहती है। वी आर मुश्टन, असी चाहते हाँ। जी मुश्टन, ओ चाहते हैं या तुसी चाहते हो। एयर मुश्टित, तुसी चाहते हो। एक बार फिर रिपीट कर दिया, इश मुश्ट, डू मुश्टेस्ट, एयर मुश्ट, जी मुश्ट, वी आर मुश्टन, सी मुश्टन, एयर मुश्टित।